ਸਤ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ Google Forms ਐਪਲੀਕੇਸ਼ਨ ਦੇ ਨਾਲ ਕੁਇਜ਼ ਤਿਆਰ ਕਰਨੀ ਸਿੱਖਾਂਗੇ ਇਸ ਵੀਡੀਓ ਦੀ ਮਦਦ ਨਾਲ ਤੁਸੀਂ ਬੜੀ ਹੀ ਆਸਾਨੀ ਨਾਲ ਕਿਸੇ ਵੀ ਸਬਜੈਕਟ ਦੀ ਕੁਇਜ਼ ਤਿਆਰ ਕਰਨ ਦੇ ਯੋਗ ਹੋ ਜਾਵੋਗੇ ਸਭ ਤੋਂ ਪਹਿਲਾਂ ਤੁਸੀਂ Play Store ਤੋਂ Google Form ਐਪ ਡਾਊਨਲੋਡ ਕਰ ਲੈਣੀ ਹੈ ਮੈਂ ਪਹਿਲਾਂ ਹੀ ਡਾਊਨਲੋਡ ਕੀਤੀ ਹੈ ਇਸ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਗਿਆ ਹੈ ਜਦੋਂ ਤੁਸੀਂ ਇਸ ਨੂੰ ਓਪਨ ਕਰੋਗੇ ਤਾਂ ਇਸ ਦਾ ਕੁਝ ਇਦਾਂ ਦਾ ਇੰਟਰਫੇਸ ਆਵੇਗਾ ਤੁਸੀਂ ਇਸ ਉੱਤੇ ਕਲਿੱਕ ਕਰਨਾ ਇੱਕ ਵਾਰ ਫਿਰ ਕਲਿੱਕ ਕਰਨਾ ਉਸ ਤੋਂ ਬਾਅਦ ਟਿਕ ਕਰ ਦੇਣਾ ਜਦੋਂ ਤੁਸੀਂ ਟਿਕ ਕਰੋਗੇ ਤੁਹਾਡੇ ਸਾਹਮਣੇ ਜਿੰਨੀਆਂ ਤੁਹਾਡੇ ਫੋਨ ਦੇ ਵਿੱਚ ਈਮੇਲ ਆਈਡੀਆਂ ਭਰੀਆਂ ਹੋਈਆਂ ਨੇ ਉਹ ਸਾਹਮਣੇ ਆ ਜਾਣਗੀਆਂ ਤੁਸੀਂ ਕੋਈ ਇੱਕ ਚੂਜ਼ ਕਰ ਲੈਣੀ ਹੈ ਮੈਂ ਚੂਜ਼ ਕਰ ਲੈਣਾ ਠੀਕ ਹੈ ਜੀ ਓਕੇ ਕਰ ਦੇਣਾ ਉਸ ਤੋਂ ਬਾਅਦ ਇਹ ਕੁਝ ਐਦਾਂ ਦਾ ਇੰਟਰਫੇਸ ਹੋਏਗਾ ਤੁਸੀਂ ਕੀ ਕਰਨਾ ਅ ਅੱਜ ਮੈਂ ਇੱਥੇ ਫਾਰਮ 'ਤੇ ਕਲਿੱਕ ਹੋਇਆ ਹੋਇਆ ਹੈ ਨੀਚੇ ਦੇਖੋ ਇੱਥੇ ਫਾਰਮ 'ਤੇ ਕਲਿੱਕ ਹੋਇਆ ਹੈ ਤੁਸੀਂ ਇੱਕ ਕੁਇਜ਼ ਤੇ ਚੱਲਿਆ ਜਾਣਾ ਜੋ ਇਧਰਲੇ ਪਾਸੇ ਕੁਇਜ਼ ਲਿਖਿਆ ਹੋਇਆ ਉਹਦੇ ਤੇ ਚੱਲੇ ਜਾਣਾ ਉਸ ਤੋਂ ਬਾਅਦ ਪਲੱਸ ਦੇ ਬਟਨ ਤੇ ਕਲਿੱਕ ਕਰਨਾ ਹੁਣ ਇਹਦੇ ਵਿੱਚ ਦੋ ਆਪਸ਼ਨ ਆਉਂਦੇ ਜਾਨੇ ਫਾਰਮਸ ਤੇ ਕੁਇਜ਼ ਠੀਕ ਹੈ ਜੀ ਤੁਸੀਂ ਇੱਕ ਕੁਇਜ਼ ਤੇ ਕਲਿੱਕ ਕਰਨਾ ਕੁਇਜ਼ ਤੇ ਜਦੋਂ ਕਲਿੱਕ ਕਰੋਗੇ ਤੁਸੀਂ ਤਾਂ ਤੁਹਾਡੇ ਕੋਲ ਕੁਝ ਇਸ ਤਰ੍ਹਾਂ ਦਾ ਇੰਟਰਫੇਸ ਆਏਗਾ ਤਾਂ ਸਭ ਤੋਂ ਪਹਿਲਾਂ ਤੁਸੀਂ ਤੁਹਾਡੇ ਕੋਲ ਆਏਗਾ ਟਾਈਟਲ ਜਿਸ ਟਾਈਟਲ ਦੇ ਵਿੱਚ ਤੁਸੀਂ ਉਹ ਚੀਜ਼ ਲਿਖਣੀ ਹੈ ਜਿਹਦੇ ਬਾਰੇ ਤੁਸੀਂ ਕੁਇਜ਼ ਬਣਾ ਰਹੇ ਹੋ ਮੰਨ ਲਓ ਤੁਸੀਂ ਐਸਐਸ ਦੇ ਕਿਸੇ ਵਿਸ਼ੇ ਤੇ ਕੁਝ ਬਣਾ ਰਹੇ ਹੋ ਤੁਸੀਂ ਕੀ ਕਰਨਾ ਹੈ ਇਹ ਪਹਿਲੇ ਦੇ ਵਿੱਚ ਜਿਹੜਾ ਟਾਪਿਕ ਹੈ ਉਹ ਇੱਥੇ ਲਿਖ ਦੇਣਾ ਜਿਵੇਂ ਆਪਣਾ ਹੈ ਵੀ ਆਪਾਂ ਲਿਖ ਦਿੰਦੇ ਆ ਚੈਪਟਰ ਜਾਂ ਪਾਠ ਇੱਕ ਲਿਖ ਸਕਦੇ ਹੋ ਜਾਂ ਤੁਸੀਂ ਚੈਪਟਰ ਪਾਠ ਇੱਕ ਦਨੋਂ ਜਾਂ ਕੁਝ ਹੋਰ ਲਿਖ ਸਕਦੇ ਹੋ ਜਿੱਦਾਂ ਭਾਰਤ ਜਾਣ ਪਹਿਚਾਣਾ ਠੀਕ ਹੈ ਜੀ ਟਾਪਿਕ ਤੋਂ ਕੋਈ ਵੀ ਹੋ ਸਕਦਾ ਤੁਹਾਡਾ ਮੈਦਾ ਸਿੰਪਲੀ ਲਿਖਿਆ ਤੇ ਉਸ ਤੋਂ ਬਾਅਦ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਕਲਾਸ ਲਿਖ ਦਿਓ ਵੀ ਕਲਾਸ ਕਿਹੜੀ ਹੈ ਜਿਵੇਂ ਕਲਾਸ 9th ਮੈਂ ਇਸ 9th ਲਿਖ ਦੇਣਾ ਉਸ ਤੋਂ ਬਾਅਦ ਤੁਸੀਂ ਨੀਚੇ ਕੁਝ ਵੀ ਲਿਖ ਸਕਦੇ ਹੋ ਪ੍ਰੇਪੇਅਰਡ ਬਾਈ ਆਪ ਦਾ ਨਾਮ ਲਿਖ ਸਕਦੇ ਹੋ ਉਸ ਤੋਂ ਬਾਅਦ ਕੁਝ ਵੀ ਲਿਖ ਸਕਦੇ ਹੋ ਠੀਕ ਹੈ ਜੀ ਇਸ ਦੇ ਵਿੱਚ ਜੋ ਤੁਸੀਂ ਲਿਖਣਾ ਚਾਹੁੰਦੇ ਹੋ ਲਿਖ ਸਕਦੇ ਹੋ ਵੀ ਇਸ ਕੁਇਜ਼ ਨੂੰ 9th ਕਲਾਸ ਦੇ ਬੱਚੇ ਅੱਜ ਇੰਨੀ ਤਰੀਕ ਨੂੰ ਕਰਦੇ ਤੁਸੀਂ ਆਪਣੇ ਹਿਸਾਬ ਨਾਲ ਕੁਝ ਵੀ ਲਿਖ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਇਹ ਸਪਲੱਸ ਦੇ ਬਟਨ ਤੇ ਕਲਿੱਕ ਕਰਨਾ ਜਦੋਂ ਪਲੱਸ ਦੇ ਬਟਨ ਤੇ ਕਲਿੱਕ ਕਰੋਗੇ ਤੁਹਾਡੇ ਕੋਲ ਬਹੁਤ ਸਾਰੀਆਂ ਆਪਸ਼ਨਾਂ ਆ ਜਾਣਗੀਆਂ ਜੇ ਤੁਸੀਂ ਮਲਟੀਪਲ ਚੁਆਇਸ ਕੁਐਸਚਨਸ ਬਣਾਉਣਾ ਚਾਹੁੰਦੇ ਹੋ ਕੁਇਜ਼ ਦੇ ਵਿੱਚ ਆਪਾਂ ਨੂੰ ਜ਼ਿਆਦਾਤਰ ਲੋਡ ਮਲਟੀਪਲ ਚੁਆਇਸ ਕੁਐਸਚਨ ਦੀ ਹੀ ਪੈਂਦੀ ਹੈ ਤੁਸੀਂ ਇਹ ਤੀਸਰੀ ਆਪਸ਼ਨ ਚ ਯੂਜ਼ ਕਰ ਲੈਣੀ ਹੈ ਤੀਸਰੀ ਆਪਸ਼ਨ ਚੂਜ਼ ਕਰਕੇ ਤੁਹਾਡੇ ਕੋਲ ਕੁਐਸਚਨ ਆ ਜਾਏਗਾ ਤੁਸੀਂ ਜੋ ਕੁਝ ਵੀ ਆਪਣਾ ਕੁਐਸਚਨ ਲਿਖਣਾ ਚਾਹੁੰਦੇ ਹੋ ਉਹ ਇੱਥੇ ਲਿਖ ਦੇਣਾ ਜਿਵੇਂ ਮੈਂ ਇੱਥੇ ਕੁਐਸਚਨ ਲਿਖ ਸਕ ਲਿਖ ਦੇਣਾ ਭਈ ਭਾਰਤ ਦੀ ਰਾਜਧਾਨੀ ਕਿਹੜੀ ਹੈ ਠੀਕ ਹੈ ਜੀ ਇੱਕ ਫਾਰ ਐਗਜ਼ਾਮਪਲ ਕੁਸ਼ਚਨ ਲਿਖਿਆ ਗਿਆ ਹੈ ਠੀਕ ਹੈ ਜੀ ਜਿਵੇਂ ਇੱਥੇ ਆਪਾਂ ਆਪ অপਸ਼ਨ ਆ ਪਹਿਲੀ অপਸ਼ਨ ਆਪਾਂ ਦਿੱਲੀ ਲਿਖ ਦਿੰਨੇ ਆ ਠੀਕ ਹੈ ਅ ਦੂਸਰੀ অপਸ਼ਨ ਲਿਖ ਦਿੰਨੇ ਆ ਅ ਚੰਡੀਗੜ੍ਹ ਠੀਕ ਹੈ ਜੀ ਚੰਡੀਗੜ੍ਹ ਅ ਤੀਸਰੀ অপਸ਼ਨ ਲਿਖ ਦਿੰਨੇ ਆ ਕੁਝ ਹੋਰ ਲਿਖ ਦਿੰਨੇ ਆ ਜਿਵੇਂ ਕਿ ਆਗਰਾ ਤੁਸੀਂ ਜਿੰਨੇ ਆਪਸ਼ਨ ਚਾਹੋ ਐਡ ਕਰ ਸਕਦੇ ਹੋ ਅਗਰ ਚੌਥੀ ਆਪਸ਼ਨ ਜਾਂ ਚੌਥੀ ਆਪਸ਼ਨ ਵੀ ਐਡ ਕਰ ਸਕਦੇ ਹੋ ਮੰਨ ਲਓ ਜੇ ਤੁਸੀਂ ਇੱਕ ਆਪਸ਼ਨ ਚੌਥੀ ਐਡ ਹੋ ਗਿਆ ਤੁਸੀਂ ਇਸ ਨੂੰ ਡਿਲੀਟ ਕਰਨਾ ਚਾਹੁੰਦੇ ਤਾਂ ਇਹਦੇ ਲੇ ਪਾਸੇ ਜੋ ਕਰਾਸ ਦਾ ਨਿਸ਼ਾਨ ਹੈ ਉਸ ਤੇ ਕਲਿੱਕ ਕਰਕੇ ਤੁਸੀਂ ਡਿਲੀਟ ਵੀ ਕਰ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਦੱਸਣਾ ਵੀ ਇਸ ਦਾ ਆਨਸਰ ਕਿਹੜਾ ਹੈ ਮੰਨ ਲਓ ਇਹਦਾ ਆਪਣਾ ਆਨਸਰ ਪਹਿਲਾ ਤਾਂ ਆਪਾਂ ਪਹਿਲੇ ਤੇ ਟਿਕ ਕਰ ਦੇਣਾ ਜਦੋਂ ਇਸ ਤੇ ਆਪਾਂ ਪਹਿਲੇ ਤੇ ਟਿਕ ਕੀਤਾ ਜੇ ਦੂਸਰਾ ਕਰਨਾ ਹੈ ਤਾਂ ਦੂਸਰੇ ਤੇ ਕਰ ਦੋ ਜੇ ਪਹਿਲੇ ਤੇ ਕਲਿੱਕ ਕਰਤਾ ਤਾਂ ਪਹਿਲਾ ਇਸ ਦਾ ਆਨਸਰ ਹੈ ਆਹ ਜੇ ਹੇਠੇ ਲਿਖਿਆ ਦੇਖੋ ਰਿਕੁਆਇਰਡ ਤੁਸੀਂ ਰਿਕੁਆਇਰਡ ਨੂੰ ਔਨ ਕਰ ਦੇਣਾ ਔਨ ਕਰਨ ਦਾ ਮਤਲਬ ਇਹ ਆ ਵੀ ਬੱਚਾ ਇਸ ਕੁਐਸਚਨ ਨੂੰ ਸਕਿਪ ਨਹੀਂ ਕਰ ਸਕਦਾ ਉਸਨੇ ਕੁਐਸਚਨ ਕਰਨਾ ਹੀ ਪਵੇਗਾ ਤਾਂ ਅੱਗੇ ਜਾਵੇਗਾ ਤਾਂ ਹੀ ਉਸ ਦੀ ਕੋਈ ਜਿਹਾ ਸਬਮਿਟ ਹੋਏਗੀ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਸਿੰਪਲੀ ਇਸ ਤੋਂ ਬਾਹਰ ਕਲਿੱਕ ਕਰੋ ਇੱਕ ਕੁਐਸਚਨ ਤੁਹਾਡਾ ਐਡ ਹੋ ਚੁੱਕਿਆ ਉਸ ਤੋਂ ਬਾਅਦ ਦੁਬਾਰਾ ਪਲੱਸ ਤੇ ਕਲਿੱਕ ਕਰੋ ਫਿਰ ਮਲਟੀਪਲ ਚੁਆਇਸ ਕੁਐਸਚਨ ਇਸ ਦੇ ਵਿੱਚ ਤੁਸੀਂ ਕੁਝ ਹੋਰ ਕੁਐਸਚਨ ਲਿਖ ਸਕਦੇ ਹੋ ਜਿਵੇਂ ਕਿ ਆਪਾਂ ਲਿਖ ਦਿੰਦੇ ਆ ਬਈ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਠੀਕ ਹੈ ਜੀ ਇਸ ਤਰ੍ਹਾਂ ਕੁਐਸਚਨ ਇਸੇ ਤਰ੍ਹਾਂ ਉਸੇ ਤਰੀਕੇ ਨਾਲ ਆਪਸ਼ਨ ਐਡ ਕਰ ਸਕਦੇ ਹਾਂ ਆਪਸ਼ਨ ਜਿਵੇਂ ਆਪਾਂ ਪਹਿਲੀ ਪਹਿਲੀ ਕੋਈ ਹੋਰ ਲਿਖ ਦਿੰਨੇ ਆ ਜਿਵੇਂ ਕਿ ਲੁਧਿਆਣਾ ਠੀਕ ਹੈ ਜੀ ਇਸ ਤਰ੍ਹਾਂ ਦੂਜੀ ਆਪਸ਼ਨ ਚੰਡੀ ਇਹ ਚੰਡੀਗੜ੍ਹ ਇਸੇ ਤਰ੍ਹਾਂ ਤੀਸਰੀ ਆਪਸ਼ਨ ਕੁਝ ਹੋਰ ਲਿਖ ਸਕਦੇ ਹੋ ਤੁਸੀਂ ਜਿਵੇਂ ਕਿ ਰੋਪੜ੍ਹ ਹੋ ਲਿਖ ਸਕਦੇ ਹੋ ਜਾਂ ਕੁਝ ਹੋਰ ਵੀ ਜੋ ਤੁਹਾਡੇ ਮਨ ਚ ਜੋ ਤੁਸੀਂ ਲਿਖਣਾ ਚਾਹੁੰਦੇ ਹੋ ਉਹ ਲਿਖ ਸਕਦੇ ਆ ਐਡ অপਸ਼ਨਸ ਕਰਕੇ ਜੇ ਤੁਹਾਡੇ ਕੋਲ ਵੱਧ অপਸ਼ਨਸ ਐਡ ਹੋ ਗਏ ਨੇ ਤਾਂ ਤੁਸੀਂ ਇਸ ਨੂੰ ਡਿਲੀਟ ਵੀ ਕਰ ਸਕਦੇ ਹੋ ਇਸ ਦਾ ਆਨਸਰ ਆਪਣਾ ਚੰਡੀਗੜਾ ਤਾਂ ਆਪਾਂ ਚੰਡੀਗੜ੍ਹ ਤੇ ਕਲਿੱਕ ਕਰ ਦਿੰਨੇ ਆ ਕੁਐਸਚਨ ਨੂੰ ਬਣਾ ਦੇਣਾ ਰਿਕੁਆਇਰਡ ਠੀਕ ਹੈ ਜੀ ਉਸ ਤੋਂ ਬਾਅਦ ਇਸ ਨੂੰ ਬਾਹਰ ਕਲਿੱਕ ਕਰੋ ਇਹ ਕੁਐਸਚਨ ਐਡ ਹੋ ਜਾਏਗਾ ਇੱਥੇ ਆਨਸਰ ਵੀ ਆਪਣੇ ਕੋਲ ਪਏ ਨੇ ਇਸੇ ਤਰ੍ਹਾਂ ਤੁਸੀਂ ਪਲੱਸ ਤੇ ਕਲਿੱਕ ਕਰਕੇ ਮਲਟੀਪਲ ਚੁਆਇਸ ਕੁਐਸਚਨ ਕਰਕੇ ਤੁਸੀਂ ਕਿੰਨੇ ਹੀ ਕੁਐਸਚਨ ਐਡ ਕਰ ਸਕਦੇ ਹੋ ਜਿੰਨੇ ਤੁਸੀਂ 10 ਕਰਨਾ ਚਾਹੁੰਦੇ ਹੋ 20 ਕਰਨਾ ਚਾਹੁੰਦੇ ਹੋ 20 ਕੁਐਸਚਨ ਇੱਥੇ ਐਡ ਕਰ ਸਕਦੇ ਹੋ ਉਸ ਤੋਂ ਬਾਅਦ ਸੈਟਿੰਗਸ ਦੇ ਵਿੱਚ ਜਾਓ ਸੈਟਿੰਗਸ ਦੇ ਵਿੱਚ ਜਾ ਕੇ ਤੁਸੀਂ ਵੈਲਕਮ ਪੇਜ ਤੇ ਸਟਾਰਟ ਲਿਖਿਆ ਹੋਵੇਗਾ ਇੱਥੇ ਟਿਕ ਲੱਗੀ ਹੋਣੀ ਚਾਹੀਦੀ ਹੈ ਤੁਹਾਡੀ ਉਸ ਤੋਂ ਬਾਅਦ ਕੁਇਜ਼ ਕੰਟਰੋਲ ਜੇ ਜਦੋਂ ਕੋਈ ਬੱਚਾ ਕੁਇਜ਼ ਕਰਨ ਲੱਗੇਗਾ ਤਾਂ ਉਸ ਤੋਂ ਆਪਾਂ ਨੇ ਨਾਮ ਨੇਮ ਜਰੂਰ ਲੈਣਾ ਉਸ ਦਾ ਤੁਹਾਨੂੰ ਨੰਬਰ ਤੇ ਜਾਂ ਈਮੇਲ ਤੇ ਕਲਿੱਕ ਕਰਨ ਦੀ ਲੋੜ ਨਹੀਂ ਸਿਰਫ ਨੇਮ ਹੀ ਹੈ ਠੀਕ ਹੈ ਜੀ ਹੁਣ ਇੱਕ ਆਪਣੇ ਕੋਈ ਆਪਸ਼ਨ ਆ ਅਲਾਉ ਮਲਟੀਪਲ ਅਟੈਂਪਟਸ ਇਹਨੂੰ ਕੋਲੇ ਇਹਨੂੰ ਆਨ ਕਰ ਦੇਣਾ ਇਸ ਦਾ ਮਤਲਬ ਹੈ ਵੀ ਇੱਕ ਫੋਨ ਤੋਂ ਹੀ ਕਈ ਬੱਚੇ ਕੁਇਜ਼ ਕਰ ਸਕਦੇ ਨੇ ਕਿਉਂਕਿ ਬੱਚਿਆਂ ਕੋਈ ਕਈ ਵਾਰ ਮੋਬਾਈਲ ਨਹੀਂ ਹੁੰਦੇ ਤਾਂ ਇੱਕ ਫੋਨ ਤੋਂ ਹੀ ਕਾਫੀ ਸਾਰੀਆਂ ਕੁਇਜ਼ਸ ਕਰ ਦਿੰਦੇ ਨੇ ਇਸ ਲਈ ਇਹ ਜਿਹੜੀ ਆਪਸ਼ਨ ਆ ਆਪਾਂ ਨੇ ਇਸ ਨੂੰ ਆਨ ਕਰ ਦੇਣਾ ਠੀਕ ਹੈ ਜੀ ਉਸ ਤੋਂ ਬਾਅਦ ਬੈਕ ਜਾਓ ਇਹ ਜਿਵੇਂ ਹੁਣ ਇਹ ਕੁਐਸਚਨ ਆਪਣੇ ਕੋਈ ਇੱਕ ਫਾਲਤੂ ਐਡ ਹੋ ਗਿਆ। ਇਸ ਕੁਐਸਚਨ ਨੂੰ ਆਪਾਂ ਡਿਲੀਟ ਵੀ ਕਰ ਸਕਦੇ ਹਾਂ। ਦੇਖੋ ਡਿਲੀਟ ਦੀ ਆਪਸ਼ਨ ਆ ਰਹੀ ਹੈ। ਇਸ ਨੂੰ ਆਪਾਂ ਡਿਲੀਟ ਵੀ ਕਰ ਸਕਦੇ ਹਾਂ। ਠੀਕ ਹੈ ਜੀ। ਜ ਜੇ ਤੁਸੀਂ 20 ਕੁਐਸਚਨ ਬਣਾਏ ਨੇ ਉਸ ਤੋਂ ਬਾਅਦ ਤੁਸੀਂ ਇਹਦਾ ਪ੍ਰੀਵਿਊ ਲੈ ਸਕਦੇ ਹੋ। ਠੀਕ ਹੈ ਜੀ ਇਸ ਤਰ੍ਹਾਂ ਜਿ ਆਏਗਾ ਭਾਰਤੀ ਗਿਆਨ ਵਰਕ ਕਲਾਸ 9th ਇਸ ਤੋਂ ਬਾਅਦ ਸਟਾਰਟ ਤੇ ਕਲਿੱਕ ਕਰਨਾ ਹੋਵੇਗਾ। ਜਦੋਂ ਬੱਚਾ ਇਹਨੂੰ ਸ਼ੁਰੂ ਕਰੇਗਾ ਤਾਂ ਇੱਥੇ ਆਪਣਾ ਨਾਮ ਲਿਖੇਗਾ। ਨਾਮ ਲਿਖਣ ਤੋਂ ਬਾਅਦ ਠੀਕ ਹੈ ਜੀ। ਐ ਸਟਾਰਟ ਕੁਇਜ਼ ਕਰੇਗਾ ਸਟਾਰਟ ਕੁਇਜ਼ ਕਰਨ ਤੋਂ ਬਾਅਦ ਉਹਦੇ ਕੋਲ ਇਦਾਂ ਦੀਆਂ ਆਪਸ਼ਨਾਂ ਆ ਜਾਣਗੀਆਂ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਹੋਰ ਬਹੁਤ ਸਾਰੀਆਂ ਆਪਸ਼ਨ ਇਸ ਦਾ ਥੀਮ ਚੇਂਜ ਕਰ ਸਕਦੇ ਹੋ ਠੀਕ ਹੈ ਬਸ ਥੀਮ ਚੇਂਜ ਵੈਸੇ ਤੁਹਾਨੂੰ ਕਰਨ ਦੀ ਲੋੜ ਨਹੀਂ ਹੈ ਜਿਵੇਂ ਕਿ ਕੋਈ ਵੀ ਥੀਮ ਲਾ ਸਕਦੇ ਹੋ ਉਸ ਤੋਂ ਬਾਅਦ ਸੈਟਿੰਗਸ ਤੇ ਜਾਓ ਸੈਟਿੰਗਸ ਤੇ ਜਾ ਕੇ ਇਸ ਨੂੰ ਇਹ ਜਿਹੜੀ ਆਪਸ਼ਨ ਹੈ ਆਪਣੇ ਕੋਲ ਇਸ ਨੂੰ ਸਬਮਿਟ ਕਰ ਦਿਓ ਠੀਕ ਹੈ ਜੀ ਕੁਇਜ਼ ਕ੍ਰੀਏਟ ਹੋ ਰਹੀ ਹੈ ਹੁਣ ਜਦੋਂ ਕੁਝ ਕ੍ਰੀਏਟ ਹੋ ਜਾਏਗੀ ਤੁਹਾਡੇ ਕੋਲ ਇੰਟਰਫੇਸ ਇਸ ਤਰ੍ਹਾਂ ਦਾ ਆਏਗਾ ਇਹਦਾ ਲਿੰਕ ਇਹ ਆ ਜਾਏਗਾ ਇਸ ਲਿੰਕ ਨੂੰ ਤੁਸੀਂ ਕਾਪੀ ਕਰ ਲੈਣਾ ਉਸ ਤੋਂ ਬਾਅਦ ਇਸ ਨੂੰ ਕਿਸੇ WhatsApp ਤੇ ਜਾ ਕੇ ਕਿਸੇ ਵੀ ਗਰੁੱਪ ਵਿੱਚ ਤੁਸੀਂ ਪੇਸਟ ਕਰ ਸਕਦੇ ਹੋ ਸਿੱਧਾ ਇੱਥੋਂ ਹੀ WhatsApp ਦੇ ਵਿੱਚ ਸ਼ੇਅਰ ਕਰ ਸਕਦੇ ਹੋ ਜਾਂ ਸ਼ੇਅਰ ਤੇ ਕਲਿੱਕ ਕਰਕੇ ਤੁਸੀਂ Facebook ਜਾਂ ਕਿਤੇ ਵੀ ਕਲਿੱਕ ਕਰ ਸਕਦੇ ਹੋ ਇਸ ਤੋਂ ਕਾਪੀ ਕਰਕੇ ਤੁਸੀਂ ਕਿਸੇ ਨੂੰ ਪੇਸਟ ਵੀ ਕਰ ਸਕਦੇ ਹੋ ਉਸ ਮੈਂ ਤੁਹਾਨੂੰ ਇਸ ਲਿੰਕ ਤੇ ਇੱਕ ਕਲਿੱਕ ਕਰਕੇ ਕੁਝ ਦਿਖਾਉਣਾ ਵੀ ਕਿੱਦਾਂ ਦੀ ਬਣੀ ਹੈ ਕਿੱਦਾਂ ਦਾ ਇੰਟਰਫੇਸ ਆਵੇਗਾ ਹੁਣ ਦੇਖੋ ਇਹ ਆਇਆ ਆਪਣੇ ਕੋਲ ਅ ਸਭ ਤੋਂ ਪਹਿਲਾਂ ਆਪਾਂ ਸਟਾਰਟ ਤੇ ਕਲਿੱਕ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਨੂੰ ਨਾਮ ਦੇਣਾ ਪਵੇਗਾ ਨਾਮ ਮੈਂ ਕੁਝ ਵੀ اے بی ਸੀ ਲਿਖ ਦੇਣਾ ਉਸ ਤੋਂ ਬਾਅਦ ਸਟਾਰਟ ਕੁਇਜ਼ ਕਰੇਗਾ ਬੱਚਾ ਜਸਟ ਜਦੋਂ ਸਟਾਰਟ ਕੁਇਜ਼ ਕਰੇਗਾ ਤਾਂ ਉਹਦੇ ਕੋਲ ਇਸ ਤਰ੍ਹਾਂ ਕੁਐਸਚਨ ਆਉਣਗੇ ਜੇ ਤੁਸੀਂ 10 ਕੁਐਸਚਨ ਬਣਾਏ ਨੇ ਤਾਂ 10 ਹੀ ਆਉਣਗੇ ਜੇ ਪਹਿਲੇ ਪਹਿਲੇ ਦਾ ਮੰਨ ਲਓ ਭਾਰਤ ਦੀ ਰਾਜਧਾਨੀ ਕਿਹੜੀ ਹੈ ਚੰਡੀਗੜ੍ਹ ਦੂਸਰਾ ਮੰਨ ਲਓ ਉਸਨੇ ਲੁਧਿਆਣਾ ਲਾ ਦਿੱਤਾ ਠੀਕ ਹੈ ਜੀ ਤਾਂ ਤੁਸੀਂ ਬਸ ਉਸਨੇ ਸਬਮਿਟ ਹੀ ਕਰਨਾ ਹੈ ਉਸ ਤੋਂ ਬਾਅਦ ਕੋਈ ਵੀ ਜੇ ਮੰਨ ਲਓ ਉਸਨੇ ਪਹਿਲਾ ਕੁਐਸਚਨ ਨਹੀਂ ਲਾਇਆ ਤਾਂ ਸਬਮਿਟ ਹੀ ਨਹੀਂ ਹੋਏਗਾ ਪਹਿਲਾ ਦਿੱਲੀ ਲਾਤਾ ਦੂਸਰਾ ਲੁਧਿਆਣਾ ਲਾਤਾ ਪਹਿਲਾ ਸਹੀ ਲਾਤਾ ਦੂਸਰਾ ਗਲਤ ਲਾਤਾ ਤਾਂ ਇਸ ਨੂੰ ਸਬਮਿਟ ਕਰੇਗਾ ਤਾਂ ਸਬਮਿਟ ਕਰਦੇ ਸਾਰ ਹੀ ਬੱਚੇ ਦਾ ਰਿਜ਼ਲਟ ਇੱਥੇ ਸ਼ੋ ਹੋ ਜਾਏਗਾ ਤੇ ਆਪਾਂ ਨੂੰ ਇੱਕ ਨੋਟੀਫਿਕੇਸ਼ਨ ਆ ਜਾਏਗਾ ਵੀ ਕਿ ਇੱਕ ਬੱਚੇ ਨੇ ਕੁਇਜ਼ ਕਰ ਲਈ ਹੈ ਵੀ ਦੇਖੋ ਕਰੈਕਟਰ 50% ਜਿਹੜੇ ਆਨਸਰ ਨਹੀਂ ਕਰੈਕਟਰ ਨੇ ਮਤਲਬ ਇੱਕ ਆਨਸਰ ਹੈ ਜਿਹੜਾ ਕਰੈਕਟ ਹੈ ਠੀਕ ਹੈ ਜੀ ਇਸੇ ਤਰ੍ਹਾਂ ਤੁਸੀਂ ਕੀ ਕਰ ਸਕਦੇ ਹੋ ਜਦੋਂ ਵੀ ਤੁਹਾਡੇ ਕੋਲ ਐਦਾਂ ਕੁਇਜ਼ ਹੋਏਗੀ ਤਾਂ ਤੁਹਾਡੇ ਕੋ ਮੈਂ ਦੁਬਾਰਾ ਤੁਹਾਨੂੰ ਦਿਖਾਉਣਾ ਬੰਦ ਕਰਕੇ ਐਪਲੀਕੇਸ਼ਨ ਜਦੋਂ ਤੁਸੀਂ ਦੁਬਾਰਾ ਇਸ ਨੂੰ ਓਪਨ ਕਰੋਗੇ ਤਾਂ ਕੁਇਜ਼ ਤੇ ਜਾਓ ਦੁਬਾਰਾ ਉਸ ਤੋਂ ਬਾਅਦ ਇੱਕ ਕੁਇਜ਼ ਤੁਹਾਡੇ ਇੱਥੇ ਪਈ ਹੋਏਗੀ ਇੱਥੇ ਕਲਿੱਕ ਕਰੋਗੇ ਤਾਂ ਤੁਸੀਂ ਇਸ ਤੇ ਦੇਖ ਸਕਦੇ ਹੋ ਵਿਊ ਆਨਸਰ ਠੀਕ ਹੈ ਜੀ ਬੱਚੇ ਦਾ ਨਾਮ ਲਿਖਿਆ ਹੋਏਗਾ ਜਿਹਦੇ ਤੁਸੀਂ ਇਸ ਨੂੰ ਥੋੜਾ ਜਿਹਾ ਇਹ ਤੁਹਾਡੀ ਇੰਟਰਨੈਟ ਦੀ ਸਪੀਡ ਤੇ ਆ ਵੀ ਕਿੰਨੀ ਜਲਦੀ ਖੁੱਲ ਜਾਂਦਾ ਹੈ ਠੀਕ ਹੈ ਜੀ ਜਦੋਂ ਖੁੱਲੇਗਾ ਤਾਂ ਬੱਚੇ ਦਾ ਨਾਮ ਲਿਖਿਆ ਹੈ ਵੀ ABC ਬੱਚੇ ਨੇ ਇੱਕ ਕੁਇਜ਼ ਕੀਤੀ ਹੈ ਤੇ ਉਸਦੇ 50% ਮਾਰਕਸ ਆਏ ਨੇ ਮਤਲਬ ਇਹ ਜਦੋਂ ਖੋਲ ਕੇ ਵੀ ਦੇਖ ਸਕਦੇ ਹੋ ਵੀ ਉਸ ਦਾ ਇੱਕ ਕੁਐਸਚਨ ਰੋਂਗ ਹੈ ਇੱਕ ਗਲਤ ਸਕਿਪ ਉਸ ਨੇ ਕੋਈ ਨਹੀਂ ਕੀਤਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ ਉਸ ਦਾ ਜਿਹੜਾ ਰਿਜ਼ਲਟ ਹੈ ਉਹ ਕਿਸੇ ਨਾਲ ਵੀ ਸ਼ੇਅਰ ਕਰ ਸਕਦੇ ਹੋ ਇੱਥੋਂ ਜਾ ਕੇ ਠੀਕ ਹੈ ਜੀ ਤੇ ਉਹ ਅਗਰ ਤੁਹਾਨੂੰ Google ਫਾਰਮ ਬਣਾਉਣ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਇਸ ਦਾ ਸੋਲੂਸ਼ਨ ਜ਼ਰੂਰ ਦੇਵਾਂਗਾ। ਧੰਨਵਾਦ।